हाँ जी वाहेगुरु जी का खालसा वाहेगुरु जी की फतेह। पंजाबीओ कुछ दिन पहला मैं तुहाडे सामने एक गल रखी सी कि एक कुड़ी जिहड़ी दरोगा वन गार्ड आ उहदे उत्ते मुकदमा दर्ज किया गया पंजाब पुलिस वल्लों जिला बठिंडा दे विच थाणा कोटपुत्ता दे विच मुकदमा दर्ज होया। उस मुकदमे दे विच किवें धक्केशाही हुई है सो अज सारा नगर पिंड मैसर खाना इथों दा जिहड़ा मौजूदा एमएलए आ हलका मौड़ तों उहदे पिंड तों ने सरपंच साहब उहदे पिंड तों ने इह कुड़ी भी खड़ी है जिहड़ी जिहदे मुकदमा दर्ज होया दरोगा इह उहनां दा परिवार खड़ा है। आले दुआले पिंडां तों जिहड़े लोक अज इस धक्के दे खिलाफ आवाज बुलंद करन लई इकट्ठे होए आ सो मैं अपील करूंगा पहला तो इस कुड़ी नूं कि तुसीं अपनी जवानी दसो कि सारी कहानी जिहड़ी की वापरी थोड़े लफ्जां समझा दिओ भाई की वापरिया किवें किवें कित्थों जिहड़े मोटे मोटे लफ्जां समझा दिओ जिहड़े दरख्त रुक सीगे कित्थों कहानी वापरी आ। दरख्त जी मेरे रामनगर फर्स्ट बीट जीत है मेरे को मोड़ ब्लाक च इथे घुमण सूआ जिहदे उत्ते प्लांटेशन सी ते जिहदे पट्टण पिछे मैनूं स्वर्ण सिंह दा फोन आया सी वी मैं उहदा पी एम एल ए साहब दा ਤੇ ਵੀ ਐਂ ਕਰਕੇ ਇਹ ਪਲਾਂਟੇਸ਼ਨ ਹੈ ਜਿਹੜੀ ਵੀ ਇਹ ਤੁਸੀਂ ਗਲਤ ਲਾਈ ਹੋਈ ਹੈ ਤੇ ਇਹਨੂੰ ਦੇਖ ਲਓ ਵੀ ਇਹਨੂੰ ਪੱਟਣਾ ਆਪਣਾ। ਉਸ ਤੋਂ ਬਾਅਦ ਮੈਂ ਮੌਕਾ ਦੇਖਣ ਗਈ ਉੱਥੇ ਜਿਹੜਾ ਗੱਗੀ ਹੈ ਮੁੰਡਾ ਉਹ ਆਇਆ ਉਹਨਾਂ ਨੇ ਮੌਕਾ ਦਿਖਾਇਆ ਮੈਨੂੰ ਪਰ ਉਹ ਮੇਰੇ ਨਾਲ ਕਾਫੀ ਕੁਛ ਵੀ ਮਤਲਬ ਕਿ ਮੌਕਾ ਤਾਂ ਉਹਨਾਂ ਨੇ ਬਾਅਦ 'ਚ ਦੇਖਿਆ ਪਹਿਲਾਂ ਬਸ ਉਹ ਐਂ ਕਰਦੇ ਸੀ ਬਸ ਇਹਨਾਂ ਨੂੰ ਬੂਟੇ ਪੱਟਣੀ ਪਲਾਂਟੇਸ਼ਨ ਉਹ ਕਾਫੀ ਵੱਡੀ ਹੋ ਚੁੱਕੀ ਹੁਣ 3-4 ਸਾਲ ਹੋ ਗਏ ਪਲਾਂਟੇਸ਼ਨ ਨੂੰ ਰੁੱਖ ਜਿਹੜੇ ਦਰਖਤ ਲੱਗੇ ਆ ਉਹ ਦਰਖਤ ਲੱਗੇ ਆ ਸਰਕਾਰੀ ਥਾਂ 'ਚ। ਹਾਂਜੀ ਸਰਕਾਰੀ ਥਾਂ 'ਚ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਉਹ ਰੁੱਖਾਂ ਨਾਲ ਵੀ ਉਹ ਆਪਣੀ ਸਾਡੀ ਆਪਣੀ ਪੱਟੋ। ਹਾਂਜੀ ਉਹ ਪੱਟੋ ਬਸ ਉਹਨਾਂ ਦਾ ਪਟਾਉਣ ਤੱਕ ਮਸਲਾ ਸੀ ਜਦੋਂ ਮੈਂ ਉਹਨਾਂ ਨੂੰ ਬਸ ਮੈਂ ਇਹ ਕਹਿਤਾ ਮੈਂ ਉੱਚ ਅਧਿਕਾਰੀਆਂ ਦੇ ਧਿਆਨ ਚ ਲਿਆ ਦੂੰਗੀ ਮੈਂ ਆਪਣਾ ਉਹਨਾਂ ਨੂੰ ਇਹੀ ਜਵਾਬ ਸੀ ਵੀ ਮੇਰੇ ਇਹ ਕੋਈ ਸਾਰੇ ਨਹੀਂ ਵੀ ਮੈਂ ਆਪਣੀ ਕੋਈ ਉੱਪਰ ਜਾ ਕੇ ਸਾਰੀ ਗੱਲਬਾਤ ਨੂੰ ਦੱਸ ਦਿੰਦੀ ਹਾਂ ਜਿਵੇਂ ਵੀ ਹੋਇਆ ਤੁਸੀਂ ਆਪਣੀ ਨਿਸ਼ਾਨਦੇਹੀ ਕਰਾ ਕੇ ਜੇ ਤੁਹਾਨੂੰ ਗਲਤ ਲੱਗਦਾ ਤਾਂ ਤੁਸੀਂ ਉਸ ਦੇ ਹਿਸਾਬ ਨਾਲ ਆਪਣਾ ਮਸਲਾ ਹੱਲ ਕਰ ਲਿਓ ਪਰ ਉਹਨਾਂ ਨੇ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਕੀਤੀ ਤੇ ਸਿੱਧਾ ਜਾ ਕੇ ਮੇਰੀ ਐਮਐਲਏ ਸਾਹਿਬ ਨੂੰ ਡੀਐਫਓ ਸਾਹਿਬ ਨੂੰ ਘਰੇ ਬੁਲਾਇਆ ਤੇ ਜਾ ਕੇ ਮੇਰੀ ਬਦਲੀ ਕਰਾਈ ਬਦਲੀ ਕਰਾਉਣ ਤੋਂ ਬਾਅਦ ਵੀ ਹੁਣ ਤੱਕ ਉਹ ਟਿਕੇ ਨਹੀਂ ਗਏ ਮੈਨੂੰ ਕਿਵੇਂ ਨਾ ਕਿਵੇਂ ਕਰਕੇ ਉਹ ਟੌਰਚ ਕਰ ਦੀ ਰਹੇ ਸਵਰਨ ਗੱਗੀ ਰਾਜੂ ਇਹ ਸਾਰੇ ਸੀ ਜਿਹੜੇ ਮਿਲੇ ਉਹਨਾਂ ਦੀ ਕਿਵੇਂ ਨਾ ਕਿਵੇਂ ਆ ਕੇ ਮੇਰੇ ਤੱਕ ਕਦੇ ਰੇਂਜ ਅਫਸਰ ਸਾਹਿਬ ਨੂੰ ਫੋਨ ਕਰਦੇ ਆ ਕਦੇ ਡੀਐਫਓ ਸਾਹਿਬ ਨੂੰ ਫੋਨ ਕਰਦੇ ਆ ਕਦੇ ਮੇਰੇ ਬੈਠਣ ਤੇ ਟਿੱਪਣੀਆਂ ਕਰਦੇ ਆ ਬਸ ਇਹੀ ਚੀਜ਼ਾਂ ਸੀ ਉਹਨਾਂ ਦੀਆਂ ਇਹੀ ਗੱਲਾਂ ਲੈ ਕੇ ਵੀ ਜਦੋਂ ਮੇਰੀ ਬਦਲੀ ਹੋ ਗਈ ਹੁਣ ਤਾਂ ਕੋਈ ਚੱਕਰ ਹੀ ਨਹੀਂ ਹੈਗਾ ਹੁਣ ਤੁਸੀਂ ਮੇਰੇ ਨਾਲ ਕੋਈ ਲੈਣ ਦੇਣ ਨਾ ਰੱਖੋ ਨਾ ਮੇਰੇ ਬਾਰੇ ਕੋਈ ਗੱਲ ਕਰੋ ਇਹੀ ਮੈਂ ਆਪਦਾ ਦੁੱਖ ਦਰਦ ਲੈ ਕੇ ਉਹਨਾਂ ਕੋਲ ਸਿਰਫ ਇੱਕ ਰਿਕੁਐਸਟ ਕਰਨ ਉਹਨਾਂ ਦੇ ਘਰੇ ਗਈ ਸੀ ਜਿੱਥੇ ਕਿ ਉਹਦੇ ਉਹ ਸਵਰਨ ਸਿੰਘ ਦੇ ਮੰਮੀ ਸੀ ਤੇ ਜਾਂ ਉਹਦੀ ਮਿਸਿਸ ਸੀ ਉਹਨਾਂ ਨਾਲ ਗੱਲ ਕਰਕੇ ਮੈਂ ਤੁਰਨ ਲੱਗੀ ਤਾਂ ਮੁੰਡਾ ਗੱਗੀ ਤੇ ਇੱਕੋ ਜਿਹੜਾ ਰਾਜੂ ਇੱਕ ਹੋਰ ਸੀ ਉਹਨਾਂ ਦਾ ਮੈਨੂੰ ਨੇਮ ਨਹੀਂ ਯਾਦ ਖੈਰ ਉਹ 3-4 ਜਣੇ ਮੇਰੇ ਕੋਲ ਆਏ ਤੇ ਉਹ ਮੈਨੂੰ ਇੱਕੇ ਦਮ ਹੀ ਬਸ ਬੋਲਦੇ ਸੀਗੇ ਵੀ ਅਸੀਂ ਨਾ ਐ ਕਰਾਂਗੇ ਅਸੀਂ ਵਾਹ ਕਰਾਂਗੇ ਆਪਦਾ ਜਾ ਕੇ ਐਮਐਲਏ ਦੇ ਪੇਸ਼ ਹੋ ਜਾਓ ਜੇ ਸਾਨੂੰ ਕੋਈ ਬਾਹਲੀ ਸਾਡੇ ਤੋਂ ਤਕਲੀਫ ਹੈ ਅਸੀਂ ਤਾਂ ਫੋਨ ਆਹੀ ਕਰਾਂਗੇ ਸਾਡੀ ਆਪਦੀ ਸਰਕਾਰ ਆ ਅਸੀਂ ਆਪਦਾ ਹੀ ਸਾਰਾ ਐਟੀਟਿਊਡ ਰੱਖਾਂਗੇ ਬਸ ਉਹਨਾਂ ਦਾ ਇਹੀ ਸੀਗਾ ਬਸ ਮੇਰਾ ਉਹਨਾਂ ਕੋਲ ਜਾਣ ਦਾ ਕੋਈ ਤੁੱਕ ਨਹੀਂ ਸੀ ਨਾ ਮੇਰੇ ਕੋਲ ਕੋਈ ਹਥਿਆਰ ਸੀ ਨਾ ਹੀ ਮੇਰੇ ਕੋਲ ਕੋਈ ਡੰਡਾ ਸੋਟੀ ਕੁਛ ਵੀ ਨਹੀਂ ਸੀ ਮੈਂ ਤਾਂ ਸਿਰਫ ਆਪਦੀ ਇੱਕ ਦਲੀਲ ਲੈ ਕੇ ਉਹਨਾਂ ਕੋਲ ਗਈ ਸੀ ਵੀ ਮੇਰੇ ਬਾਰੇ ਕੋਈ ਚੰਗਾ ਮਾੜਾ ਗੱਲ ਨਾ ਕਰੋ ਬਸ ਜਦੋਂ ਮੈਂ ਇੱਥੋਂ ਬਦਲੀ ਗਈ ਮੇਰੀ ਬਦਲੀ ਹੋ ਗਈ ਹੁਣ ਤਾਂ ਕੋਈ ਟੁੱਕ ਹੀ ਨਹੀਂ ਰਹੇਗੀ ਮੇਰੇ ਨਾਲ ਗੱਲਬਾਤ ਕਰਨ ਦੀ ਤੁਹਾਨੂੰ ਕਦੋਂ ਪਤਾ ਲੱਗਿਆ ਪਰਚਾ ਦਰਜ ਹੋ ਗਿਆ ਮੈਨੂੰ ਸ਼ਾਮ ਨੂੰ 6-7 ਵਜੇ ਮੈਨੂੰ ਐਸਐਚਓ ਸਾਹਿਬ ਦਾ ਫੋਨ ਆਇਆ ਵੀ ਪਰਚਾ ਦਰਜ ਹੋ ਗਿਆ ਮੈਨੂੰ ਨਹੀਂ ਉਹ ਮੈਨੂੰ ਕਹਿੰਦੇ ਆਏ ਕਰਕੇ ਕਹਿੰਦੇ ਤੁਸੀਂ ਅੱਜ ਮਤਲਬ ਕਿ ਡਿਊਟੀ ਤੇ ਸੀ ਕਿੱਥੇ ਸੀਗੇ ਤੇ ਕਹਿੰਦੇ ਵੀ ਤੁਸੀਂ ਕਿਸੇ ਦੇ ਘਰ ਗਏ ਹੋ ਮੈਂ ਕਿਹਾ ਹਾਂਜੀ ਗਈ ਸੀ ਤੇ ਕਹਿੰਦੇ ਕਿਵੇਂ ਗਏ ਸੀ ਮੈਂ ਕਿਹਾ ਜੀ ਮੈਂ ਤਾਂ ਵੀ ਮੇਰੇ ਇੱਕ ਨਾ ਵੀਡੀਓ ਜੀ ਵਾਇਰਲ ਹੋਈ ਸੀ ਵੀ ਜਿਹਦੇ ਵਿੱਚ ਇਹ ਨਾ ਵੀ ਉਹਦੇ ਵਿੱਚੋਂ ਇੱਕ ਦੋ ਗੱਲਾਂ ਆਈਆਂ ਮੇਰੇ ਬਾਰੇ ਗਲਤ ਬੋਲਦਾ ਜਿਹਦੇ ਵੀ ਮੈਨੂੰ ਮੈਂ ਥੋੜਾ ਜਿਹਾ ਉਹਨਾਂ ਦੇ ਘਰਦਿਆਂ ਨੂੰ ਇਹੀ ਕਹਿਣ ਗਈ ਆ ਵੀ ਜਦੋਂ ਮੇਰੀ ਬਦਲੀ ਹੋ ਗਈ ਵੀ ਹੁਣ ਤੁਸੀਂ ਇਹਦੀਆਂ ਚੀਜ਼ਾਂ ਦੇ ਮੈਟਰ ਇਹਨਾਂ ਨੂੰ ਲੈ ਕੇ ਨਾ ਅੱਗੇ ਆਓ ਤੇ ਪਰ ਉਹਨਾਂ ਨੇ ਬਸ ਮੈਨੂੰ ਇਹੀ ਕਿਹਾ ਬਸ ਇਹਨਾਂ ਕਹਿ ਕੇ ਉਹਨਾਂ ਨੇ ਮੇਰਾ ਫੋਨ ਕੱਟ ਦਿੱਤਾ ਉਹਨਾਂ ਨੇ ਨਾ ਮੇਰਾ ਪੁੱਛਿਆ ਵੀ ਕਿਉਂ ਮੈਂ ਕੀ ਗੱਲ ਸੀ ਨਾ ਸੋ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਸਰਪੰਚ ਖੜੇ ਨੇ ਮੇਰੇ ਨਾਲ ਇਸ ਪਿੰਡ ਦੇ ਨੇ ਇਹਨਾਂ ਦੇ ਮੁੰਡੇ ਤੇ ਪਰਚਾ ਆ ਖੜਾ ਮੁੰਡਾ ਗੁਰਜੀਤ ਸਿੰਘ ਤੇ ਕਹਾਣੀ ਤਾਂ ਮੈਂ ਪਹਿਲਾਂ ਵੀ ਸੁਣਾਈ ਸੀਗੀ ਇੱਕ ਦਿਨ ਕਿ ਮੁੱਖ ਮੰਤਰੀ ਸਾਹਿਬ ਤੁਹਾਨੂੰ ਖਤਮ ਹੋ ਕੇ ਕਹਿ ਰਹੇ ਆ ਕਿ ਕਹਾਣੀ ਤੁਹਾਡੇ ਤੱਕ ਪਹਿਲਾਂ ਵੀ ਇਹ ਪਹੁੰਚਾਈ ਸੀ ਮੈਂ ਵੀ ਕਿਵੇਂ ਇਹ ਕੁੜੀ ਕਹਿੰਦੇ ਡਾਂਗ ਲੈ ਕੇ ਆ ਗਈ ਉਹਦਾ ਸਵਰਨ ਉਹਦੇ ਵੱਲੋਂ ਇਹ ਮੁਕੱਦਮਾ ਦਰਜ ਹੋਇਆ ਮੇਰੇ ਘਰ ਵਾਲੀ ਨਾਲ ਜੱਫੋ ਜੱਫੀ ਹੋ ਗਈ ਮੇਰੀ ਮਾਂ ਨਾਲ ਜੱਫੋ ਜੱਫੀ ਹੋ ਗਈ ਪਰ ਅਗਲਾ ਸਰਪੰਚ ਨੂੰ ਨਾਲ ਕਿਉਂ ਰੱਖਿਆ ਸਰਪੰਚ ਅਕਾਲੀ ਦਲ ਵੱਲੋਂ ਇਹ ਅਕਾਲੀ ਦਲ ਪਾਰਟੀ ਦੇ ਸੀਗੇ ਇਹਨਾਂ ਨੂੰ ਪਹਿਲਾਂ ਵੀ ਕੋਸ਼ਿਸ਼ ਕੀਤੀ ਬੜੀ ਕਿ ਯਾਰ ਤੂੰ ਸਰੋਪਾ ਲੈ ਲਾ ਸਾਡੇ ਨਾਲ ਆ ਜਾ ਛੱਡ ਦੇ ਅਕਾਲੀ ਦਲ ਦਾ ਖੜਾ ਚਲੋ ਇਹਨਾਂ ਨੇ ਨਹੀਂ ਮੰਨਿਆ ਨਹੀਂ ਆਖੇ ਲੱਗੇ ਇਹਨਾਂ ਨੂੰ ਇਸ ਕਰਕੇ ਲਪੇਟ ਚ ਲੈ ਲਿਆ ਇਹਨੂੰ ਨਾਲ ਇਸ ਮੁੰਡੇ ਨੂੰ ਲੈ ਲਿਆ ਸਰਪੰਚ ਦੇ ਨੂੰ ਵੀ ਇਹ ਕੁੜੀ ਕਹਿ ਰਹੀ ਆ ਸਵਰਨ ਦੇ ਬਿਆਨ ਹੈ ਵੀ ਇਹ ਮੈਂ ਤੈਨੂੰ ਉਹਦਾ ਪਿਸਤੌਲ ਲਿਆ ਕੇ ਉਹਦੇ ਮੁੰਡੇ ਦਾ
फिर मैं थोड़े गोली मारनी है। उस तरीके च 120 सरपंच का मुंडा भी जरा नामजद करता। सो एडी एडी धक्केशाही मैं लगता बादलों के राज भी नहीं हुई होनी। अट ने अपने इतना तो ला देंगे सी जो घटना वापर दी, चार बंदे चाके ने जाए फसा देंगे सी। पर एडी धक्केशाही ना एस एस पी ने कोई सुनी है गल, एस एस पी भी मैं ध्यान च लिया। अज असी डिप्टी कमिश्नर बठिंडे ध्यान च भी लिया मसला भी आने वाले दिनों के लोग सड़कों से उतरन गए, लोग थाणियां दे अगे इकट्ठे होणगे। फिर पहला तुसी एहजा धक्केशाही करदे हो, फिर जो लोग इकट्ठे होंदे आ लोग आके थाणियां नूं घेरदे आ, फिर तुसी दूजे लोट हो जांदे आ। फिर कहिंदे देखो जी लोगों ने आह करता, लोगों ने आह करता। पहला भी घटनावां पंजाब च वापर चुकियां, तुसी इस बारे चंगी तरह जानदे हो। हुण मैं तुसी तू दसो भैणे वी तुसी की पंजाब दे मुख्यमंत्री नूं की अपील करना चाहुंदे हो? मान साहब तुसी बहुत बड़ियां बड़ियां गल्लां करदे हो, असीं पंजाब दे राखे हां, असीं पंजाब दीआं धीआं दे राखे हां। जिहड़े तेरा एमएलए एक कुड़ी ते परचा करा रहा है, ओह वी इस तरह दी कहानी बना के डांग लैके आ गई, पिस्तौल दिखाउंदी सी, पहलां बदली कराई। कहानी शुरू कित्थों होई? असल ओह बंदे सूए दे उत्ते लगे दरख्त पटना चाहुंदे सी। ਇਹ ਜਵਾਬ ਦੇਤਾ ਕੁੜੀ ਨੇ ਵੀ ਮੈਂ ਇਹ ਸੂਏ ਤੇ ਹੈ, ਜੇ ਤੁਸੀਂ ਪਟਨੇ ਦਾ ਭਾਈ ਮੇਰੇ ਆਪਦੇ ਮੇਰੇ ਉੱਚ ਅਧਿਕਾਰੀਆਂ ਨਾਲ ਗੱਲ ਕਰ। ਉਹਨਾਂ ਨੂੰ ਉਸ ਕਿਰਤ ਦੇ ਵਿੱਚ ਦੀ ਬਦਲੀ ਕਰਾਤੀ, ਬਦਲੀ ਕਰਾਤ ਤੋਂ ਬਾਅਦ ਵੀ ਇਹਨੂੰ ਬਖਸ਼ਿਆ ਨਹੀਂ। ਫਿਰ ਵੀ ਇਲਜ਼ਾਮਬਾਜ਼ੀ, ਇਹਦੇ ਖਿਲਾਫ਼ ਗੱਲਾਂ, ਕੋਈ ਵੀਡੀਓ ਬਣਾ ਬਣਾ, ਇਹੀ ਫਰਿਆਦ ਲੈ ਕੇ ਉਹਨਾਂ ਨੇ ਘਰੇ ਗਈ ਉਹਦੇ ਪਰਿਵਾਰ ਕੋਲ ਵੀ ਭਾਈ ਮੇਰਾ ਕੀ ਕਸੂਰ ਆ, ਵੀ ਬਦਲੀ ਵੀ ਕਰਾਤੀ, ਮੈਂ ਬਦਲੇ ਟੁੱਟ ਗਈ, ਹੁਣ ਕਿਉਂ ਮੈਨੂੰ ਉਹ ਤੰਗ ਕਰਦੇ? ਅੱਛਾ ਕੇ ਪਰਚਾ ਕਰਾਤਾ। ਅੱਗੇ ਹੋਰ ਦੇਖ ਲਓ, ਇੱਕ ਡੀ ਡੀ ਆਰ ਪੁਲਿਸ ਨੇ ਹੋਰ ਕੱਟ ਕੇ ਰੱਖ ਲਈ ਪਰਚੇ ਤੋਂ ਬਾਅਦ ਰਾਤ ਦੀ। ਰਾਤ ਨੂੰ ਕੁਛ ਹੋਰ ਬੰਦੇ ਸੀ, ਕਿਹੜੇ ਸੀ ਮੁੰਡੇ ਉਹ? ਹਾਂ ਇਹਨਾਂ ਦੀ ਹੈ, ਹਾਂ ਅੱਗੇ ਸਰਪੰਚ ਤੇ ਸਰਪੰਚ ਦਾ ਮੁੰਡਾ ਘਰੇ ਡਲੇ ਮਾਰ ਗਏ। ਕਿਹਦੇ? ਸਵਰਨ ਦੇ, ਰਾਜੂ ਰਾਜੂ ਦੇ ਉਹਦੇ ਡਲੇ ਮਾਰ ਤੇ ਉਹ ਪਰਚਾ ਦਿੱਤੇ ਜਦੋਂ ਤੱਕ ਡੀ ਡੀ ਆਰ ਹੋਰ ਕੱਟੀ ਬੈਠਿਆ ਵੀ ਇਹਨਾਂ ਨੂੰ ਫੇਰ ਚੱਕ ਕੇ ਨਾਮਜ਼ਦ ਕਰਦੇ। ਸੋ ਧੱਕੇਸ਼ਾਹੀ ਯਾਰ ਬਰਦਾਸ਼ਤ ਨਹੀਂ ਕਰਨਗੇ ਲੋਕ। ਸੋ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਜਾਂ ਮੈਂ ਇਹਨਾਂ ਦੀ ਪਾਰਟੀ ਨਾਲ ਜੁੜੇ ਹੋਏ ਬੰਦਿਆਂ ਨੂੰ ਕਹਿਣਾ ਚਾਹੁੰਦਾ ਕਿ ਇਸ ਕਰਕੇ ਤੁਸੀਂ ਬਦਲਾਅ ਲਿਆਂਦਾ ਸੀ, ਇਸ ਕਰਕੇ 92 ਬੰਦੇ ਜਿਤਾਏ ਸੀ ਕਿ ਲੋਕ ਤਾਂ ਯਾਰ ਤੌਬਾ ਤੌਬਾ ਹੋ ਗਈ ਪਈ ਸੀ ਲੋਕਾਂ ਚ। ਲੋਕਾਂ ਤਾਂ ਬਏ ਸੀ, ਲੋਕ ਤਾਂ ਪਹਿਲਾਂ ਹੀ ਦੁਖੀ ਸੀਗੇ ਵੀ ਆਹ ਜਿਹੜੇ ਨਜਾਇਜ਼ ਪਰਚੇ ਹੁੰਦੇ ਆ, ਝੂਠੇ ਮੁਕੱਦਮੇ ਲੋਕਾਂ ਤੇ ਹੋਏ, ਕਿੰਨੇ ਲੋਕਾਂ ਨੂੰ ਸਜ਼ਾਵਾਂ ਹੋ ਗਈਆਂ ਝੂਠੇ ਮੁਕੱਦਮਿਆਂ ਚ, ਲੋਕਾਂ ਨੂੰ ਜਲੀਲ ਕੀਤਾ ਗਿਆ ਥਾਣੇ ਚ ਲਿਜਾ ਲਿਆ ਪਹਿਲੀਆਂ ਸਰਕਾਰਾਂ ਵੇਲੇ। ਉਹ ਸਾਰੇ ਕਾਹੇ ਤੋਂ ਛੁਟਕਾਰਾ ਪਾਉਣ ਲਈ ਲੋਕਾਂ ਨੇ ਤੁਹਾਨੂੰ ਲਿਆਂਦਾ ਸੀ, ਉਦੋਂ ਵੀ ਗਾਹਾਂ ਡੱਪ ਗਏ ਆ ਕੁੜੀ ਦੇ ਪਰਚਾ ਦਿੱਤਾ ਚੱਕ ਕੇ ਤੁਸੀਂ ਤੇ ਪਰਚਾ ਦਿੱਤਾ ਵੀ ਕਾਹਦਾ? 351 120 ਵੀ ਹੈ ਨਾ, ਕਈ ਧਰਾਵਾਂ ਲਾਈਆਂ ਨੇ, 7 ਧਰਾਵਾਂ ਲਾ ਕੇ ਮੁਕੱਦਮਾ ਦਾ ਦਿੱਤਾ। ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਅਪੀਲ ਕਰਦੇ ਆ ਇਸ ਦੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰੋ, ਤੇ ਆਉਣ ਵਾਲੇ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਨਹੀਂ ਕੋਈ ਹੱਲ ਹੁੰਦਾ, ਇਹ ਪੜਤਾਲ ਕਰੋ। ਅਸੀਂ ਕਹਿੰਦੇ ਪੜਤਾਲ ਕਰੋ, ਜੇ ਇਹ ਬੰਦੇ, ਜੇ ਕੁੜੀ ਜਾਂ ਸਰਪੰਚ ਜਾਂ ਸਰਪੰਚ ਦਾ ਮੁੰਡਾ ਕੋਈ ਵੀ ਧਿਰ ਦੋਸ਼ੀ ਪਾਏ ਜਾਂਦੇ ਆ, ਤੁਸੀਂ ਕਾਰਵਾਈ ਕਰੋ, ਪਰ ਇਹਦੀ ਪੜਤਾਲ ਕਰੋ। ਪੜਤਾਲ ਕਰਕੇ ਜੇ ਨਹੀਂ ਦੋਸ਼ੀ ਪਾਏ ਜਾਂਦੇ, ਇਹ ਨਹੀਂ ਕੱਢੇ ਜਾਂਦੇ, ਇਹਦਾ ਮੁਕੱਦਮਾ ਨਹੀਂ ਰੱਦ ਹੁੰਦਾ, ਤਾਂ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਬਈ ਸੱਦਾ ਦੇਵਾਂਗੇ, ਚਾਹੇ ਸੜਕਾਂ ਤੇ ਉਤਰਨਾ ਪਵੇ, ਚਾਹੇ ਥਾਣੇ ਦੇ ਅੱਗੇ ਬੈਠਣਾ ਪਵੇ, ਫਿਰ ਚਾਹੇ ਐਸ ਐਸ ਪੀ ਦਫ਼ਤਰ ਦੇ ਮੁਹਰੇ ਬੈਠਣਾ ਪਵੇ ਜਾ ਕੇ, ਤਾਂ ਆ ਜਾਇਓ ਫਿਰ ਮੇਰਾ ਵੀਰ, ਨਹੀਂ ਇਹ ਕੱਲੇ ਕੱਲਿਆਂ ਧੱਕਾ ਇਸ ਤਰ੍ਹਾਂ ਹੀ ਹੋਣਾ। ਇਸ ਕਰਕੇ ਕਿਉਂ ਵੀ ਸਹਿਮਤ ਹੋ ਇਸ ਗੱਲ ਨਾਲ? ਸਾਰੇ ਬਾਹਾਂ ਖੜੀਆਂ ਕਰਕੇ ਸਹਿਮਤੀ ਦੇ ਦਿਓ। ਅੱਛਾ ਹੁਣ ਸਰਪੰਚ ਨਾਲ ਕੀ ਰੌਲਾ? ਸਰਪੰਚ ਨਾਲ ਰੌਲਾ ਇਹ ਵੀ ਹੈ, ਇੱਕ ਪਾਰਟੀ ਚ ਲਿਆਉਣ ਦਾ ਨੀ, ਸਰਪੰਚ ਨਾਲ ਰੌਲਾ ਇਹਦਾ ਇਹ ਵੀ ਹੈ। ਇੱਥੇ ਨਜਾਇਜ਼ ਇੱਕ ਪਾਸ ਸਰਕਾਰ ਕਹੀ ਜਾਂਦੀ ਆ, ਅਸੀਂ ਕੋਈ ਨਜਾਇਜ਼ ਜਿਹੜੀ ਮਾਈਨਿੰਗ ਨੀ ਹੋਣ ਦੇਵਾਂਗੇ, ਸ਼ਰੇਆਮ ਇਸ ਪਿੰਡ ਚ ਮਾਈਨਿੰਗ ਹੁੰਦੀ ਆ, ਇਹ ਐਮ ਐਲ ਏ ਕਰਾਉਂਗਾ। ਤੁਸੀਂ ਦੇਖਿਆ ਨਾ ਪਿੱਛੇ ਰੌਲਾ ਪਿਆ ਸੀ ਟਰਾਲੀ ਘੇਰ ਲਈ ਸੀ ਮੈਨਿੰਗ ਵਾਲੀ ਉੱਥੇ ਆ ਕੇ, ਉਹ ਸਾਰੀ ਕਹਾਣੀ ਉਹ ਹੈ, ਸਾਰੇ ਲੋਕਾਂ ਨੂੰ ਡਰਾ ਕੇ ਦਬਾ ਕੇ ਘਰੇ ਵਾੜ ਕੇ। ਪੋਕ ਲੈਣ ਇਹਦੇ ਘਰੇ ਖੜੀ ਆ, ਇਹਦੇ ਦਫ਼ਤਰ ਚ ਬਣਾਇਆ ਹੋਇਆ ਸੜਕ ਦੇ ਉੱਤੇ ਉੱਚੇ ਖੜੀ ਆ, ਸ਼ਰੇਆਮ ਰਾਤ ਨੂੰ ਇਹ ਕੰਮ ਚੱਲਦਾ। ਸੋ ਇਹ ਗੱਲਾਂ ਚੰਗੀਆਂ ਨੀ, ਇਹ ਬਾਹਲਾ ਚਿਰ ਸਮਾਂ ਚੱਲਦਾ ਨੀ, ਆਪਣੇ ਖੁਦਾ ਦਾ ਵੈਰ ਆ, ਅੱਤ ਨਾ ਚੱਕੋ ਮਾਨ ਸਾਹਿਬ, ਠੀਕ ਨੀ ਹੈਗਾ। ਲੋਕਾਂ ਨੂੰ ਮਾੜਾ ਮਾੜਾ ਸੁੱਖ ਦਾ ਸਾਹ ਲੈਣ ਲੈਣ ਦਿਓ, ਇਹ ਸਮਾਂ ਤੁਹਾਨੂੰ ਲੋਕ ਪਹਿਲੇ ਧੂੜ ਚੁਕਾਈ, ਲੋਕਾਂ ਨੂੰ ਦਿਖਾ ਦੇ ਰੰਗ ਸਿਰੋਂ ਸੰਗਰੂਰ, ਹੁਣ ਜਲੰਧਰ ਦਿਖਾ ਦੇਣਗੇ, ਆ 24 ਵੀ ਆਈ ਲੋ, ਮਹੀਨੇ 8 ਦਾ ਰਹਿ ਗਏ।
ਇਹੀ ਲੋਕ ਥੋੜੇ ਜਿਹੇ ਨਾ ਛੱਤਰ ਮਾਰੇ ਲੋਕਾਂ ਨੇ ਮੇਰੀ ਗੱਲ ਯਾਦ ਰੱਖਿਓ ਜਿਹੜੇ ਹਾਲਾਤ ਤੁਸੀਂ ਅੱਜ ਲੋਕਾਂ ਦੇ ਕਰੀ ਜਾਂਦੇ ਇੰਨਾ ਤੰਗ ਨਹੀਂ ਕਰੀ ਜਾਂਦਾ ਲੋਕਾਂ ਨੂੰ ਇਹੀ ਮਸਲਾ ਅੱਜ ਤੋਂ 8 ਦਿਨ ਪਹਿਲਾਂ ਯੂਨੀਅਨ ਚ ਵਾਪਰਿਆ ਟਰੱਕ ਯੂਨੀਅਨ ਦੇ ਵਿੱਚ DSP ਮੌੜ ਨਾਲ ਬੰਦੇ ਲਿਜਾ ਕੇ SML ਨੇ ਬੰਦੇ ਭੇਜੇ ਆ ਉੱਥੇ ਜਾ ਕੇ ਧੱਕੇ ਨਾਲ ਨਜਾਇਜ਼ ਕਬਜ਼ਾ ਕਰਦਾ ਸੀ ਆਉਣ ਵਾਲੇ ਦਿਨਾਂ ਚ ਹੋ ਸਕਦਾ ਉੱਥੇ ਦੁਬਾਰਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਪ੍ਰਸ਼ਾਸਨ ਨਾਲ ਲਿਜਾ ਕੇ ਹੋ ਸਕਦਾ ਉੱਥੇ ਕੋਈ ਬੰਦਾ ਮਰ ਜਾਏ ਪਰ ਜ਼ਿੰਮੇਵਾਰ ਕੌਣ ਹੈ ਸਰਕਾਰ ਹੀ ਹੈ ਤੇ ਪ੍ਰਸ਼ਾਸਨ ਹੈ ਇੱਥੋਂ ਦਾ ਕਮਾਲ ਹੋਈ ਪਈ ਸ਼ਰੇਆਮ ਧੱਕਾ ਯਾਰ ਨਾਲ ਪੁਲਿਸ ਜਾ ਕੇ ਯੂਨੀਅਨ ਦੇ ਕਬਜ਼ੇ ਕਰਾਉਂਦੀ ਹੈ ਵੀਰਾ ਇਹ ਸਾਰਾ ਕੁਛ ਲੋਕਾਂ ਤੋਂ ਇਹੀ ਮਾਨ ਸਾਹਿਬ ਤੁਸੀਂ ਸਟੇਜਾਂ ਤੇ ਬੋਲਦੇ ਰਹੇ ਹੋ ਕਿ ਜੀ ਪਰਚਿਆਂ ਦੀ ਸਿਆਸਤ ਹੋ ਰਹੀ ਹੈ ਆਹ ਦੇਖੋ ਯੂਨੀਅਨ ਦੇ ਕਬਜ਼ੇ ਹੋ ਗਏ ਜੀ ਸੈਟਿੰਗਾਂ ਦੇ ਕਬਜ਼ੇ ਹੋ ਗਏ ਜੀ ਫਲਾਣੇ ਦਾ ਕਬਜ਼ੇ ਹੋ ਗਏ ਜੀ ਹੁਣ ਤੁਹਾਡੇ ਰਾਜ ਕੀ ਵਾਪਰ ਰਿਹਾ ਕਿ ਕੱਲਾ ਲੋਕਾਂ ਨੂੰ ਕਹਾਣੀਆਂ ਸੁਣਾ ਸੁਣਾ ਚੁਟਕਲੇ ਸੁਣਾ ਸੁਣਾ ਵੀ ਪੰਜਾਬ ਨੂੰ ਤੁਸੀਂ ਇਹੀ ਬਚਾ ਲਓਗੇ ਥੱਲੇ ਲੋਕਾਂ ਦਾ ਤਰਾਹ ਨਿਕਲਿਆ ਪਿਆ ਤੂੰ ਵੀ ਦੱਸ ਕੋਈ ਟਰੱਕ ਯੂਨੀਅਨ ਦਾ ਮਸਲਾ ਦੱਸ ਦੋ ਯਾਰ ਬਈ ਟਰੱਕ ਯੂਨੀਅਨ ਦੇ ਵਿੱਚ ਇਹ ਧੱਕੇ ਨਾਲ MLA ਇੱਕ ਸਾਲ ਪਹਿਲਾਂ ਉਦੋਂ ਸਾਡੇ ਨਾਲ ਇੱਕ ਘੱਟੋ ਘੱਟ ਕਿਰਾਏ ਦੇ ਵਿੱਚੋਂ 70-80 ਲੱਖ ਦੀ ਠੱਗੀ ਮਾਰਦਾ ਸੀਗਾ ਮੈਨੂੰ ਕਹਿੰਦਾ ਵੀ ਘੱਟ ਰੇਟ ਤੇ ਕੰਮ ਕਰਕੇ ਦੇ ਜਦੋਂ ਮੈਂ ਨਾ ਕਰਤੀ ਮੇਰੇ ਦੇ ਪਰਚੇ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਮੈਨੂੰ ਕਹਿੰਦਾ ਤੈਨੂੰ ਐਂ ਕਰ ਦੂੰ ਬਹੁ ਕਰ ਦੂੰ ਚਲੋ ਸਾਡੇ ਆਪਰੇਟਰ ਸਾਰੇ ਇਕਜੁੱਟ ਸੀਗੇ ਪਰਚਾ ਕਰਾਇਆ ਵੀ ਹਾਂ ਪਰਚਾ ਕਰਾਇਆ ਉਹ 2 ਮਹੀਨੇ ਪਹਿਲਾਂ ਬਾਦਰੇ ਵਾਲਾ ਉਹ ਇੱਕ ਗਰੀਬ ਬੰਦੇ ਧੱਕਾ ਕਰਦਾ ਸੀਗਾ ਬਾਦਰੇ ਦਾ ਅਸੀਂ ਉੱਥੇ ਗਏ ਸਾਡੀ EO ਨੇ ਪਰਚਾ ਕਰਾਇਆ ਉਦੋਂ ਬਾਅਦ ਇਹਦੇ ਵਿੱਚ ਮੇਰੀ ਅਰੈਸਟ ਪਈ SHO ਨੇ ਬੁਲਾ ਕੇ ਥਾਣੇ ਦੇ ਵਿੱਚ ਦੇਖੋ ਜੀ ਇਹ ਗੁੰਡਾਗਰਦੀ ਨਹੀਂ ਚੱਲਣ ਦੇਵਾਂਗੇ ਇਹ ਲੋਟਾ ਮੈਂ ਤਾਂ MLA ਨੂੰ ਵੀ ਕਹਿਣਾ ਵੀ ਬੰਦਾ ਬਣ ਜਾ ਨਹੀਂ ਉਦੋਂ ਬਾਅਦ ਤੇਰੇ ਨਾਲ ਭੇੜੀ ਕਰਾਂਗੇ ਸੀ ਇਹ ਫਿਰ ਇਹੀ ਹੋਊਗਾ ਜੋ ਲੋਕ ਆਖਦੇ ਨੇ ਨਾ ਦੱਸੋ ਕਿ ਸਾਬਕਾ ਸਰਪੰਚ ਹੈ ਜੀ ਆਪਦਾ ਪ੍ਰਬੰਧ ਲਾ ਕੇ ਆਪਦੀ ਚਲਾਉਂਦੇ ਆ ਜੀ ਆ ਦੱਸੋ ਬਈ ਜੁਦਾ ਸਰਪੰਚ ਹੈ ਜੀ ਦਾ ਸਰਪੰਚ ਸਤਨਾਮ ਪਿੰਡ ਮੈਸਾ ਖਾਨਾ ਇਹਨੇ ਕੀ ਕੀਤਾ ਜੀ ਮੇਰੇ ਜਿਹੜੇ ਉੱਚੇ ਹੋਰ ਸੀਗੇ ਜੀ ਪੰਚਾਇਤ ਮੈਂਬਰ ਉਹ ਸਾਰੇ ਨੇ ਆਪਦੇ ਨਾਲ ਲਾ ਲਏ ਜੀ ਨਾਲ ਲਾ ਕੇ ਇਹਨੂੰ ਡਰਾਤਾ ਵੀ ਸਰਪੰਚ ਨੇ ਤਾਂ ਕਰੈਕਸ਼ਨ ਕਰੀ ਹੈਗੀ ਵੀ ਪੈਸੇ ਖਾਧੇ ਹੈਗੇ ਡਰਾ ਧਮਕਾ ਕੇ ਇਹਦੇ ਮੈਂਬਰ ਸਾਰੇ ਆਪਦੇ ਲੈ ਗਏ ਜੀ ਹੁਣ ਪਿੰਡ 'ਚ ਪ੍ਰਬੰਧਕ ਲਾ ਕੇ ਕੰਮ ਆਪ ਕੰਮ ਕਰਾਏ ਜੀ ਦੇਖੋ ਇੱਕ ਲੋਕਤੰਤਰ ਦੇ ਅੰਦਰ ਸਰਪੰਚ ਲੋਕਾਂ ਦਾ ਚੁਣਿਆ ਹੋਇਆ ਧੱਕੇ ਨਾਲ ਪਾਸੇ ਕਰਕੇ ਪ੍ਰਬੰਧ ਕਰਾਤਾ ਇਹ ਪਿੰਡ ਮਾਈਸਰ ਖਾਨੇ ਇਹ ਮਾਈਸਰ ਖਾਨੇ ਲੋਕ ਖੜੇ ਆ ਜੀ ਬਾਈ ਤੁਸੀਂ ਵੋਟਾਂ ਪਾਈਆਂ ਨਾ ਬਾਈ ਮੈਂ ਇੱਕ ਨਾ ਗਰੀਬ ਪਰਿਵਾਰ ਦਾ ਬੰਦਾ ਸੀਗਾ ਸਾਡੇ ਪਿੰਡ ਦੇ ਵਿੱਚ ਨੇ ਰੁਜ਼ਗਾਰ ਮੇਲਾ ਲਾਇਆ ਮੈਥੋਂ ਰੁਜ਼ਗਾਰ ਖੋ ਕੇ ਨੇ ਆਪਦੇ ਬੰਦੇ ਨੂੰ ਦਿੱਤਾ ਇਹਨੇ MLA ਨੇ ਇੱਥੋਂ ਦੇ ਨੇ ਧੱਕੇ ਨਾਲ ਹੁਣ ਮੇਰੇ ਆ ਕੇ ਧੱਕੇ ਨਾਲ ਵਾਰ ਕੇ ਮੁੱਛਾਂ ਨੂੰ ਆ ਕੇ ਮੈਨੂੰ ਬਟੇ ਦਿੰਦਾ ਵੀ ਇਹ ਵੀ ਦੁਕਾਨ ਤੇਰੇ ਕੋਲ ਗਈ ਜਾਣ ਇਹੋ ਜਿਹੇ ਸ਼ਬਦ ਬੋਲਦਾ ਮੈਨੂੰ ਆ ਕੇ ਮੈਂ ਗਰੀਬ ਬੰਦਾ ਹਾਂ ਗਰੀਬ ਬੰਦਾ ਜੀ ਹਾਂ 10 ਸਾਲ ਹੋ ਗਏ ਮੈਨੂੰ ਦੁਕਾਨ ਕਰਦੇ ਨੂੰ ਇੱਥੇ ਪਿੰਡ ਦੇ ਵਿੱਚ ਹਜੇ ਵੀ ਕਿਤੇ ਪਿਓ ਆਉਂਦਾ ਕਿਤੇ ਮੁੰਡਾ ਆਉਂਦਾ ਕਿਤੇ ਚਾਚੇ ਦਾ ਪੁੱਤ ਆਉਂਦਾ ਹਜੇ ਵੀ ਆ ਕੇ ਉੱਥੇ ਮੁੱਛਾਂ ਨੂੰ ਬੜ ਜਾਂਦੇ ਮੈਨੂੰ ਦੇਖ ਦੇਖ ਕੇ ਮੇਰੇ ਨਾਲ ਇਹਦਾ ਕੀ ਸੰਬੰਧ ਆ ਵੀ ਮੈਂ ਤਾਂ ਉਹਦਾ ਰਿਕਾਰ ਕਰ ਦਾਂਗਾ 4 ਸਮੋਸੇ ਕੱਢ ਕੇ ਉੱਥੇ ਵੇਚ ਲੈਣੇ ਆਹੀ ਰਿਕਾਰ ਆ ਮੇਰੇ ਕੋਲ ਹੋਰ ਕਿਹੜਾ ਰਿਕਾਰ ਹੈਗਾ ਇਹੋ ਜਿਹੀ ਇਹਦੀ ਦੇਖ ਲਓ ਉਹ ਆ ਗਈ ਸੋ ਮਾਨ ਸਾਹਿਬ ਆ ਤੁਹਾਨੂੰ ਲੱਗਦਾ ਹੁਣ ਅਸੀਂ ਤੁਹਾਡੇ ਵਿਰੋਧੀ ਆ ਤਾਂ ਕਰਕੇ ਬੋਲਦੇ ਆ ਲੋਕਾਂ ਦੀ ਫਰਿਆਦ ਆ ਉਸੇ MLA ਦੇ ਪਿੰਡ ਦੇ ਲੋਕਾਂ ਦੀ ਇੱਕ ਗਰੀਬ ਬੰਦਾ ਰੇੜੀ ਲਾ ਕੇ ਟਾਈਮ ਪਾਸ ਕਰਦਾ ਉਹਦੀ ਰੇੜੀ ਦਾ ਖੋ ਕੇ ਦੂਜੇ ਆਪਣੇ ਬੰਦਿਆਂ ਨੂੰ ਦੇਤਾ ਸਰਪੰਚ ਦਾ ਕੰਮ ਖੋ ਕੇ ਪ੍ਰਬੰਧ ਕਰਾਤਾ ਕੁੜੀ ਤੇ ਪਰਚਾ ਕਰਾਤਾ ਸਾਬਕਾ ਸਰਪੰਚ ਤੇ ਪਰਚਾ ਕਰਾਤਾ ਆ ਉਹੀ ਪਿੰਡ ਖੜਾ ਭਰਾ ਪਿੰਡ ਵਾਲਾ ਤੁਹਾਡੇ ਪਿੰਡ ਦੀ ਮੈਂ ਆਇਆ ਸੀ ਔਰ ਉਦੋਂ ਤੁਹਾਡੇ ਝਾੜੂ ਵੜਿਆ ਸੀਗਾ ਦਿਮਾਗ ਚ ਵੀ ਹੈ ਉਦੋਂ ਫੋਕਰ ਫੋਕਰ ਕਰਦੇ ਸੀ ਆ ਦੇਖ ਲੋ ਬੋਕਰ ਦੇ ਰੰਗ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਕਿੰਨੇ ਕੁ ਜੋਗਰੇ ਆ ਕਰਨਗੇ ਇਹ ਜਾਂ ਕੁਛ ਤਾਂ ਇਹ ਸੋ ਭਾਈ ਮੈਨੂੰ ਆ ਰਿਹਾ ਪੰਜਾਬ ਦੇ ਵਿੱਚ ਸਭ ਤੋਂ ਮਾੜਾ MLA ਹੁਣ ਧੱਕਾ ਸਾਰੀ ਕਰਦੇ ਆ ਸਭ ਤੋਂ ਜ਼ਿਆਦਾ ਜਿਹੜਾ ਮੇਰੀ ਗੱਲ ਸੁਣੋ ਕਿਸੇ ਵੀ ਬੰਦੇ ਦਾ ਉਹਦੀ ਨਿਆਂ ਉਹਦਾ ਪਿੰਡ ਹੁੰਦਾ ਉਹਦੀ ਜੜ ਪਿੰਡ ਆ ਮੈਂ ਲੜਦਾ ਝਗੜਦਾ ਵੀ ਰਿਹਾ ਮੇਰੇ ਪਿੰਡ ਪੁਲਿਸ ਪੈਂਦੀ ਰਹੀ ਹੈ ਜੁੜਤ ਨਹੀਂ ਸੀ ਮੇਰੇ ਪਿੰਡੋਂ ਮੈਨੂੰ ਪੁਲਿਸ ਚੱਕ ਕੇ ਲੈ ਜੇ ਸਾਰਾ ਪਿੰਡ ਇਕੱਠਾ ਹੋ ਜਾਂਦਾ ਬਾਹਰ ਚਾਹੇ ਜਿਹਦੇ ਨਾਲ ਮਰਜ਼ੀ ਲੜਦਾ ਹੁਣ ਜੇ ਬੰਦੇ ਨੇ ਪਿੰਡ ਦੀ ਵਿਗਾੜ ਲਈ ਪਿੰਡ ਦੇ ਬੰਦਿਆਂ ਦੇ ਪਰਚੇ ਯਾਰ ਧੱਕੇ ਲੋਕਾਂ ਦੇ ਕੰਮ ਖੋਈ ਜਾਂਦਾ ਸੋ MLA ਇਹ ਧਿਆਨ ਮਾਰ ਇਹ ਸਦਾ ਨਹੀਂ ਪਾਵਰਾਂ ਪੂਵਰਾਂ ਰਹਿੰਦੀਆਂ ਇਹ ਆਉਂਦਾ ਜਾਂਦਾ ਰਹਿੰਦਾ ਸਮਾਂ ਇਹ ਦੁਨੀਆ ਗੋਲ ਹੈ ਬੰਦਾ ਘੁੰਮ ਫਿਰ ਕੇ ਉੱਥੇ ਆ ਜਾਂਦਾ ਤੇ ਬੰਦੇ ਜਾੜ ਥੱਲੇ ਵੀ ਆ ਜਾਂਦੇ ਆ ਤੇ ਲੋਕ ਉਹਦਾ ਜਵਾਬ ਦੇਣਾ ਵੀ ਜਾਣਦੇ ਇਸ ਕਰਕੇ ਧੱਕਾ ਨਜਾਇਜ਼ ਮਾੜਾ ਹੈ ਇਹ ਬਥੇਰੇ ਆਏ ਇੱਥੇ ਤੇ ਤਾਂ ਬਹੁਤ ਵੱਡੇ ਵੱਡੇ ਹੋ ਤੁਰ ਗਏ ਇੱਥੇ ਜਿਹੜੇ ਕਹਿੰਦੇ ਸੀ ਅਸੀਂ ਤਾਂ ਸਾਡੇ ਬਿਨਾਂ ਦਾ ਪੱਤਾ ਨਹੀਂ ਹਿਲਦਾ ਅਸੀਂ ਤਾਂ ਦੁਨੀਆ ਨੂੰ ਪੁੱਠੀ ਕਰ ਦਿਆਂਗੇ ਕਿੱਥੇ ਆ ਜਗਾਤੀ ਲੋਕਾਂ ਨੇ ਮੈਂ ਕਹਿੰਦਾ ਬਾਦਲ ਕੀ ਕਰਦੇ ਹੁੰਦੇ ਸੀ ਆਪਾਂ ਦੇਖੀ ਆ ਇਹ ਵੀ ਬਾਦਲ ਵੀ ਕਹਿੰਦੇ ਲਾਲ ਡੈਰੀ ਲਾਈ ਹੋਈ ਆ ਸੁਖਬੀਰ ਕਹਿੰਦਾ ਜੀ ਕਿੱਥੇ ਗਏ ਲਾਲ ਡੈਰੀਆਂ ਵਾਲੇ ਪੀਲੀਆਂ ਡੈਰੀਆਂ ਵਾਲੇ
ਧੱਕਾ ਮਾੜਾ ਨੀ ਮਾਨ ਸਾਹਿਬ ਧਿਆਨ ਦਿਓ ਲੋਕਾਂ ਦੀ ਆਹ ਉਸ ਪਿੰਡ ਦੇ ਲੋਕ ਇਕੱਠੇ ਹੋਏ ਨੇ ਹਾਲਾਂਕਿ ਸਾਰੇ ਪਿੰਡ ਨੇ ਇਹਨੂੰ ਵੋਟਾਂ ਪਾਈਆਂ ਨੇ ਸਾਰਾ ਪਿੰਡ ਦੇ ਨਾਲ ਤੁਰਿਆ ਪਿੰਡ ਦਾ ਬੰਦਾ ਸੀ ਪਰ ਪਿੰਡ ਦੇ ਨੇ ਧੱਕਾ ਕਰਨ ਲੱਗ ਗਿਆ ਸੋ ਆਉਣ ਵਾਲੇ ਦਿਨਾਂ ਚ ਅਪੀਲ ਆ ਸਾਰਿਆਂ ਨੂੰ ਬਾਈ ਇਕੱਠੇ ਹੋ ਜਾਓ ਜਦੋਂ ਹੋਕਾ ਮਾਰਾਂਗੇ ਸੱਦਾ ਦੇਵਾਂਗੇ ਤੇ ਚੇਤਾਵਨੀ ਆ ਸਰਕਾਰ ਨੂੰ ਜੇ ਪ੍ਰਸ਼ਾਸਨ ਨੂੰ ਵੀ ਕੱਲ ਨੂੰ ਲੋਕ ਸੜਕਾਂ ਦੇ ਉੱਤਰਦੇ ਆ ਥਾਣਿਆਂ ਮੁਰੇ ਆਉਂਦੇ ਅਸੀਂ ਵੀ ਦਫ਼ਤਰ ਮੁਰੇ ਆਉਂਦੇ ਜ਼ਿੰਮੇਵਾਰ ਸਰਕਾਰ ਹੈ ਪ੍ਰਸ਼ਾਸਨ ਨਾਲ ਫੇਰ ਨਾ ਕਹੋ ਹੁਣ ਤੁਹਾਨੂੰ ਸਮਾਂ ਦੇਤਾ ਕਿਉਂਕਿ ਸਮਾਂ ਇਸ ਕਰਕੇ ਦਿੱਤਾ ਲੋਕਾਂ ਕੋਲ ਵੀ ਵਿਹਲ ਨਹੀਂ ਉਦੋਂ ਵਿਸਾਖੀ ਆ ਗਈ ਮੌਕੇ ਤੇ ਆਹ ਪੰਜ ਸੱਤ ਦਸ ਦਿਨ ਲੋਕਾਂ ਕੋਲ ਹਾਲੇ ਵਾਢੀ ਵਾਢੀ ਦਾ ਕੰਮ ਚੱਲਦਾ ਤੂੜੀ ਤੰਦ ਲੋਕਾਂ ਨੇ ਸਾਂਭ ਲੈਣਾ ਦਸ ਦਿਨਾਂ ਬਾਅਦ ਉਦੋਂ ਬਾਅਦ ਅਗਲਾ ਪ੍ਰਾਉਣ ਦੇਵਾਂਗੇ ਤੇ ਜੋ ਵੀ ਅਗਲੀ ਜ਼ਿੰਮੇਵਾਰੀ ਹੋਊ ਉਹ ਪ੍ਰਸ਼ਾਸਨ ਤੇ ਸਰਕਾਰ ਦੀ ਹੋਊ।